ਹਾਂ ਜੀ ਮਿੱਤਰੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ HK Abreet ਤੇ ਅੱਜ ਤੁਹਾਹਦੇ ਲਈ ਦੂਜੀ ਚਮਤਦਾ ਜੋ ਗਣਿਤ ਵਿਸ਼ਾ ਦਾ ਪੇਪਰ ਹੋਊਗਾ 11 ਮਾਰਚ ਨੂੰ ਉਹ ਲੈ ਕੇ ਚੁਕਿਆ ਬਿਫੁੱਲ ਸੋਲਵਰ ਜੇਕਰ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਹੋ ਤਾਂ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੇ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤੇ ਚਲੋ ਆਪਾਂ ਤੁਹਾਨੂੰ ਪੇਪਰ ਕਰਵਾ ਦਿੰਨੇ ਆ ਪ੍ਰਸ਼ਨ ਨੰਬਰ 1 ਬਹੁ ਵਿਕਲਪੀਨ ਹੈ ਹਰੇਕ ਪ੍ਰਸ਼ਨ ਦੇ ਚਾਰ ਉੱਤਰ ਦਿੱਤੇ ਗਏ ਹਨ ਸਹੀ ਉੱਤਰ ਅੱਗੇ ਠੀਕ ਦਾ ਨਿਸ਼ਾਨ ਲਗਾਓ ਪਹਿਲੇ ਹੈਗਾ ਹੀਠਾ ਦਿੱਤੀ ਕਰੰਸੀ ਹੀਠਾ ਦਿਖਾਈ ਇੱਕ ਰੰਸੀ ਦੇ ਨੋਟ ਦਾ ਨਰਬੰਦ ਦੀ ਸੰਖਿਆ ਦਹਾਈਆਂ ਤੇ ਇਕਾਈਆਂ ਵਿੱਚ ਦੱਸੋ ਮਤਲਬ ਦਹਾਈ ਹੁੰਦੀ ਹੈ 10 ਮਤਲਬ ਦਹਾਈ ਸੰਕੇਤ 10 ਦਹਾਈ ਆ ਮਤਲਬ 10 ਦੇ ਨੋਟ ਹੈਗੇ ਨੇ ਆਪਣੇ ਕੋਲ 2 ਦਹਾਂ ਦੇ 2 ਇਕਾਈ ਮਤਲਬ 1 ਇਹ ਚ ਆਪਣੇ ਇੱਕ ਇੱਕ ਦੇ ਹੈਗੇ ਨੇ 8 ਮਤਲਬ ਦਹਾਈ ਆਪਣੇ ਹੋਗੀ 2 ਤੇ ਇਕਾਈ ਹੋਗੇ 8 ਮਤਲਬ ਸੱਸਾ ਸਹੀ ਹੈ ਜੇ ਦੋ ਦਹਾਈਆਂ ਤੇ 8 ਇਕਾਈਆਂ ਲਿਖੀ ਗਈਆਂ ਨੇ ਇਹਦਾ ਅਨਸਰ ਸੱਸਾ ਜੁਆ ਅੱਗੇ ਆ ਗਿਆ ਦੂਸਰਾ ਸੰਖਿਆ 78 ਨੂੰ ਅੰਕਾਂ ਵਿੱਚ ਲਿਖੋ 78 ਨੂੰ ਅੰਕਾਂ ਵਿੱਚ ਆ ਸੰਖਿਆ ਲਿਖੀ ਹੋਈ 78 ਅੱਗੇ ਆ ਗਿਆ ਮਤਲਬ ਗਿੰਤਾਰੇ ਦੇ ਮੋਤੀ ਗਿਨੋ ਅਤੇ ਬੰਦੀ ਸੰਖਿਆ ਦੱਸੋ ਇਹ ਕੋਸ਼ਿਸ਼ ਆ ਇਹਦੇ ਵਿੱਚ ਦਹਾਈਆਂ ਹੈਗੀਆਂ 1 2 3 4 5 ਪੰਜ ਦਹਾਈਆਂ ਨੇ ਇਕਾਈਆਂ ਹੈਗੀਆਂ 1 2 3 4 ਇੱਕ ਸਕਿੰਤ 1 2 3 4 ਉਰੇ 5 ਹੋ ਗਿਆ 6 7 8 9 9 ਦਾ ਇਕਾਈਆਂ ਨੇ ਮਤਲਬ 159 ਮਤਲਬ ਸੰਖਿਆ ਹੋਗੀ ਮਤਲਬ 59 59 ਸਹੀ ਆ ਅੱਗੇ ਕੇ ਚੌਥਾ ਤਸਵੀਰ ਤਸਵੀਰ ਦੇਖ ਕੇ ਸਹੀ ਉੱਤਰ ਦੱਸੋ ਤਸਵੀਰ ਚ ਆਪਾਂ ਦੇਖਦੇ ਜੇ ਫੁੱਟਬਾਲ ਦਾ ਭਾਰ ਆ ਗੇਂਦੇ ਭਾਰ ਨਾਲ ਵੱਧਦਾ ਇਹ ਚ ਲਿਖ ਇਹ ਚ ਆੜਾ ਇੱਥੇ ਲਿਖਿਆ ਹੋਇਆ ਫੁੱਟਬਾਲ ਦਾ ਭਾਰ ਗੇਂਦੇ ਭਾਰ ਨਾਲ ਵੱਧਦਾ ਹੈ ਇਸਕਾ ਕਿ ਆੜਾ ਸਹੀ ਆ ਜੁਆ ਆੜਾ ਤੁਸੀਂ ਸਹੀ ਲਾਇਆ ਹੋ ਨਾ ਅੱਗੇ ਕੇ ਪੰਜਵਾਂ ਕੈਲੰਡਰ ਅਨੁਸਾਰ 26 ਜਨਵਰੀ 2024 ਨੂੰ ਕਿਹੜਾ ਦਿਨ ਹੈ ਮਤਲਬ 26 ਜਨਵਰੀ 26 ਜਨਵਰੀ ਆਹ ਮਤਲਬ ਇਨ ਜਿਵੇਂ ਆ ਸੰਖਿਆ 28 ਦਿੱਤੀ ਹੋਈ ਆ 28 ਦੇ ਉੱਤੇ ਦੇਖ ਲਓ ਆ ਦਿਨ ਐਂਟਵਾਰ ਬੰਦਾ ਇਸੇ ਤਰ੍ਹਾਂ 26 ਦੇਖੋ 26 ਤਰੀਕ ਨੂੰ ਬੰਦਾ ਸ਼ੁੱਕਰਵਾਰ ਇਸਕਾ ਕਾ ਸ਼ੁੱਕਰਵਾਰ ਇਹ ਰਹਾ ਸਹੀ ਆਨਸਰ ਆ ਜੂ ਪੰਜਵਾਰ ਅੱਗੇ ਆ ਗਿਆ ਚ ਦੂਸਰਾ ਹੇਠਾਂ ਅੰਕਾਂ ਵਿੱਚ ਦਿੱਤੀਆਂ ਸੰਖਿਆਵਾਂ ਦਾ ਸ਼ਬਦਾਂ ਵਿੱਚ ਲਿਖੀਏ ਸੰਖਿਆਵਾਂ ਨਾਲ ਮਿਲਾਨ ਕਰੋ ਮਤਲਬ ਪੰਜ ਅੰਕ ਦੇ ਹੋਣਗੇ ਇਹ ਤੁਸੀ ਮਿਲਾਨ ਕਰਨਾ ਹੈ ਆਪਾਂ ਮਿਲਾਨ ਕਰਵਾ ਦਿੰਨੇ ਆ ਜਿਵੇਂ 67 ਮਤਲਬ ਸਟਾਰਟ 74 ਲਿਖਿਆ ਹੋਇਆ ਆਹਾ ਉੱਗੇ ਗਿਆ 39 39 ਲਿਖਿਆ ਹੋਇਆ 39 ਆਹਾ ਇਹ ਸਹੀ ਹੈ ਅਗੇ 217 217 ਆ ਲਿਖਿਆ ਹੋਇਆ 349 349 ਆ ਲਿਖਿਆ ਹੋਇਆ 477 ਆ ਲਿਖਿਆ ਹੋਇਆ ਇਸਪੇਕਰ ਤੁਸੀ ਮਿਲਾਨ ਕਰ ਲੈਣਾ ਹੈ ਆਪਾਂ ਅੱਗੇ ਦੇਖ ਲੈਂਦੇ ਆ ਅੱਗੇ ਅਗ ਸਮਝੋ ਅਤੇ ਹੱਲ ਕਰੋ ਦਸਾਂ ਕਿਵੇਂ ਸਮਝ ਕੇ ਹੱਲ ਕਰਨਾ ਹੈ ਤੁਸੀਂ ਨੇ ਮਤਲਬ 22 ਤੇ 24 ਲਿਖਾ ਹੋਇਆ ਆਪਣੇ ਕੋਲ ਇਹਦੇ ਵਿੱਚ 22 ਤੇ 24 ਲਿਖਾ ਹੋਇਆ 22 ਤੇ 24 ਦੇ ਵਿਚਕਾਰ ਕਿਹ ਸੰਖਿਆ ਆਉਂਦੀ ਹੈ 23 ਇਸਕਾ ਕਹਿ ਆਪਾਂ ਖਾਲੀ ਥਾਂ ਦੇ ਵਿੱਚ 23 ਲਿਖ ਦੇਵਾਂਗੇ ਅੱਗੇ ਆ ਗਿਆ ਅਖਲਾ 18 ਤੇ 70 18 ਤੇ 70 ਵਿਚਕਾਰ ਕਿਹ ਸੰਖਿਆ ਆਉਂਦੀ ਹੈ 69 ਇਹ ਤੁਸੀਂ ਲਿਖ ਦਿਓ ਅ ਕਿਥਾ 70 ਤੇ 80 ਵਿਚਕਾਰ ਕਿਹ ਸੰਖਿਆ ਆਉਂਦੀ ਹੈ ਇਹ ਤੁਸੀਂ ਲਿਖ ਦੇਣੀ ਹੈ ਮਤਲਬ 79 ਲਿਖ ਦਿਓ ਅੱਗੇ 79 ਅਤੇ 91 ਦੇ ਵਿੱਚ ਕਾ ਕਿਹ ਸੰਖਿਆ ਹੁੰਦੀ ਹੈ 90 90 ਤੁਸੀਂ ਲਿਖ ਦਿਓ ਇਸ ਪਕਾਇ ਸੋਲਵ ਹੋ ਜੂਗਾ ਅਗਲਾ ਦੇਖ ਲੈਨੇ ਆਪਾਂ ਤੀਜਾ ਇਹ ਚ ਆਪਾਂ 60 ਅਤੇ 19 ਦਾ ਜੋੜ ਕਰਨਾ 60 ਨੂੰ ਆਪਾਂ 19 ਨਾਲ ਜੋੜ ਕੇ ਦਿਖਾ ਦਿੰਦੇ ਤੁਹਾਨੂੰ 19 ਮਤਲਬ 0 ਤੋਂ 9 9 1 ਤੇ 6 ਤੇ 1 7 ਮਤਲਬ 79 ਇਹ ਅਨਸਰ ਆ ਜੂਗਾ ਅਗੇ ਦੂਸਰਾ 507 ਕਦੋਂ ਨੇ ਆਪਾਂ ਘਟਾ ਕੇ ਦਿਖਾ ਦਨੇ ਪਿਆ -7 ਮਤਲਬ ਇਧਰ ਮਤਲਬ 0 ਤੋਂ 7 ਨਿਕਲਦਾ ਨਹੀਂ ਇਧਰ ਆਪਾਂ ਕੱਟਿਆ ਚੌਕਾ ਰਹਿ ਗਿਆ ਤੇ ਇਧਰ ਇੱਕ ਹਾਸਾ ਦੇ ਲਿਆ ਮਤਲਬ 10 ਦਾ 10 ਤੋਂ 7 ਕਦੇ 3 ਤੇ ਦਾ ਚੌਕਾ ਚੌਕਾ ਤਾਂ ਲਿਆ ਮਤਲਬ 43 ਦਾ ਅੰਸਰ ਆ ਗਿਆ ਆਪਾਂ ਅੱਗੇ ਦੇਖ ਲੈਂਦੇ ਆ ਅੱਗੇ ਅਗੇ ਖਾਲੀ ਥਾਂ ਮਾ ਭਰੋ ਮਤਲਬ 24 ਵਿੱਚੋਂ 7 ਦਾ ਸਥਾਨ ਮੁੱਲ 24 ਵਿੱਚੋਂ 7 ਦਾ 7 ਦਾ ਸਥਾਨਕ ਮੁੱਲ ਹੈ ਇਕਾਈਆ ਇਹ ਇਕਾਈਆ ਕਾਈ ਲਿਖ ਦਿਓ ਅੱਗੇ 46 ਵਿੱਚੋਂ ਚਾਲ ਦਾ ਸਥਾਨਕ ਮੁੱਲ ਦਹਾਈ ਦਹਾਈ ਲਿਖ ਦਿਓ ਅੱਗੇ 33 ਤੋਂ ਬਿਲਕੁਲ ਪਹਿਲਾਂ ਦੀ ਸੰਖਿਆ 33 ਤੋਂ ਪਹਿਲਾਂ ਕਿਹੜੀ ਹੁੰਦੀ ਆ 32 ਇਹਦੇ ਵਿੱਚ 32 ਆ ਜੂਗਾ ਅੱਗੇ 61 ਤੋਂ ਬਿਲਕੁਲ ਬਾਅਦ ਦੀ ਸੰਖਿਆ 61 ਤੋਂ ਬਾਅਦ ਕਿਹ ਉਹਦਾ ਬਾਅਦ 62 ਇਹ ਤੁਸੀਂ 62 ਲਿਖ ਦੇਣਾ ਹੈ ਅੱਗੇ ਦਾ ਚੌਥਾ ਊੜਾ 2 2 2 2 ਦੇ ਕਿੰਨੇ ਸਮੂਹ ਬਣਨਗੇ ਤਾਂ ਦੋ ਦੋ ਦੇ ਕਿੰਨੇ ਸੂਨ ਬਣਗੇ ਜੁੱਤੇ ਬਣਾਉਣੇ ਆਪਾਂ ਨੇ ਜੇ ਪਹਿਲਾਂ ਦੋ ਪੈਸੇ ਲੈ ਲਓ ਆ ਦੋ ਇੱਕ ਜੁੱਟਾ ਹੋ ਗਿਆ ਇਹ ਦੋ ਹੋ ਗਏ ਇਹ ਤਿੰਨ ਹੋ ਗਏ ਤੇ ਚਾਰ ਹੋ ਗਏ ਉਹ ਚਾਰ ਆ ਜੂਗਾ ਅੱਗੇ ਅੱਗੇ ਪੇੜ ਦੇ ਦੋ ਚਾਰ ਦੋ ਹੋ ਗਏ ਤਿੰਨ ਹੋ ਗਏ ਚਾਰ ਹੋ ਗਏ ਪੰਜ ਹੋ ਗਏ ਛੇ ਹੋ ਗਏ ਤੇ ਸੱਤ ਹੋ ਗਏ ਉਹਨੇ ਸੱਤ ਆ ਜੂਗਾ ਅੱਗੇ ਇੱਕ ਦੋ ਤਿੰਨ ਚਾਰ ਤੇ ਪੰਜ ਉਹਨੇ ਪੰਜ ਆ ਜੂਗਾ ਅੱਗੇ ਇੱਕ ਤੇ ਦੋ ਉਹਨੇ ਦੋ ਆ ਜੂਗਾ ਹੁਣਾ ਗਿਆ ਅਗਰਾ ਪ੍ਰਸ਼ਨ ਆ ਰਹਾ ਅਮਨ ਅਤੇ ਖੁਸ਼ਪ੍ਰੀਤ ਬੁਜ਼ਾਰਤ ਗਏ ਮਤਲਬ ਅਮਨ ਦੀ ਕਾਪੀ ਖਰੀਦੀ ਆਪਣੀ ਕਾਪੀ ਖਰੀਦੀ ਇੱਕ ਸਕਿੰਟ ਖੁਸ਼ਦੀਪ ਨੇ ਪੈਨ ਖਰੀਦਿਆ ਇੱਕ ਕਾਪੀ ਤੇ ਇੱਕ ਪੈਨ ਖਰੀਦਿਆ ਕਾਪੀ ਦੀ ਕੀਮਤ ਹੈਗੀ ਮਤਲਬ 10-10 ਦੇ ਦੋ نوٹ ਦਿੱਤੇ ਨੇ ਕਾਪੀ ਦੇ ਬਦਲੇ ਮਤਲਬ ਪਹਿਲਾ ਕੁਸ਼ਣ ਹੈਗਾ ਅਮਨ ਦੀ ਅਮਨ ਨੇ ਕਾਪੀ ਡੈਸ਼ ਰੁਪਏ ਚ ਖਰੀਦੀ ਕਿੰਨੇ ਰੁਪਏ ਚ ਖਰੀਦੀ ਆ 20 ਰੁਪਏ ਦੇ ਵਿੱਚ ਲਿਖੀ ਰਦੀ ਆ ਅੱਗੇ ਖੁਸ਼ਪ੍ਰੀਤ ਨੇ ਪੈਨ ਦੇ ਡੈਸ਼ ਰੁਪਏ ਦਿੱਤੇ ਸਨ ਮਤਲਬ ਇੱਕ ਆਪਣੇ ਕੋਲ ਹੈਗਾ 10 ਦਤਾ ਲਾ 1 ਹੈਗਾ 5 ਦਤਾ ਲਾ 10 5 15 ਆ ਜੂਗਾ ਇਹਦਾ ਆਨਸਰ ਆ ਜੂ 15 ਮਤਲਬ ਖੁਸ਼ਪ੍ਰੀਤ ਨੇ 15 ਰੁਪਏ ਦਿੱਤੇ ਅਗੇ ਅਗੇ ਪੰਜਵਾਂ ਹੇਸ਼ਾ ਦਿੱਤੀ ਆ ਕਿੱਤੀ ਦੇ ਗੁਣਾ ਅਨੁਸਾਰ ਸਾਲ ਨਹੀਂ ਪੂਰੀ ਕਰੋ ਮਤਲਬ ਆ ਕਿੱਤੀ ਦੇ ਗੁਣਾ ਅਨੁਸਾਰ ਸਾਲ ਨਹੀਂ ਪੂਰੀ ਕਰਨੀ ਤੁਸੀਂ ਨੇ ਪਹਿਲਾ ਹੈਗੀ ਆ ਆ ਕਿੱਤੀ ਦੇ ਗੁਣਾ ਤਿੰਨ ਪੁਜਾਮਾ ਅਤੇ ਤਿੰਨ ਕੋਣ ਤਿੰਨੇ ਪੁਜਾਮਾ ਨੇ ਤਿੰਨੇ ਕੋਣ ਨੇ ਆ ਕਿੱਤੀ ਦਾ ਨਾਮ ਮਤਲਬ ਤਿਕੋਣ ਬਣੂਗਾ 3 को ती कौन लिख दो अगे एक बकर पुजा कोई, कोई कोना नहीं एक बकर पुजा एक बकर पुजा तो कोई कोना रेखा रेखा लिख दो सही जाओ तो अगे अगर चार बराबर पुजाव चार कोने वर्ग वो वर्ग जो अगर सामने वाली बराबर पुजावा चार कोने आयत तो। वो आयत लिख दो तो सही बगजूगा चलो आप अगला देख लाने ਇਹ ਤਾਂ ਦਿਖਾਈ ਤਸਵੀਰ ਵਿੱਚ ਆ ਕਿੰਤੀ ਦੀ ਪਛਾਣ ਪਛਾਣ ਕਰੋ ਅਤੇ ਗਿਣਤੀ ਲਿਖੋ ਮਤਲਬ ਪਹਿਲਾ ਹੈਗੇ ਆਪਣੇ ਕੋ ਬਰਗ ਬਰਗ ਆਪਣੇ ਕੋ ਕਿੰਨੇ ਆਪਾਂ ਦੇਖ ਲੈਣੇ ਇੱਕ ਬਰਗ ਆ ਸੀ ਇੱਕ ਪੀਰਾ ਬਰਗ ਦੋ ਹੋ ਗਏ ਤੇ ਆਤ ਬਰਗ ਹੈ ਨਹੀਂ ਦੋ ਬਰਗ ਹੋ ਗਏ ਚਾ ਆਪਣੇ ਕੋ ਹੋਰ ਦੇਖ ਲੈਣੇ ਆਪਾਂ ਨਾ ਹੋਰ ਆਪਣੇ ਕੋ ਕੋਈ ਬਰਗ ਬਰਗ ਦੀ ਸੰਖਿਆ ਕੇ ਦੋ ਅਗੇ ਆਇਤ ਆਇਤ ਇੱਕ ਆਇਤ ਦੋ ਆਇਤ ਤਿੰਨ ਤਿੰਨ ਆਇਤਾਂ ਹੋਗੇ ਅਗੇ ਚੱਕਰ ਇੱਕ ਚੱਕਰ ਦੋ ਚੱਕਰ ਮਤਲਬ ਦੋ ਚੱਕਰ ਨੇ ਟਿਕੋਣ ਇਕ ਤਿਕੋਣ ਇਕ ਤਿਕੋਣ 11 ਇਸਕਾ ਕਿੱਕ ਲਿਖ ਦਿਓ ਇਹ ਤੁਹਾਡਾ ਸੋਲਵ ਹੋ ਜਾਊਗਾ ਅਗੇ ਛੇਵੇਂ ਵਾਰ ਦੇਖ ਲੈਣਾ ਨੇ ਆਪਾਂ ਛੇਮਾ ਹੈਗਾ ਊੜਾ ਨਮੂਨੇ ਨੂੰ ਧਿਆਨ ਨਾਲ ਦੇਖੋ ਅਤੇ ਅਤੇ ਖਾਲੀ ਥਾਂ ਅਤੇ ਖਾਲੀ ਖਾਨੇ ਪੂਰੇ ਕਰੋ ਤੇ ਪਹਿਲਾ ਕਿ ਤਿਕੋਣ ਤਿਕੋਣ ਤੋਂ ਬਣ ਕੇ ਸਟਾਰ ਫਿਰ ਫਿਰ ਤਿਕੋਣ ਫਿਰ ਸਟਾਰ ਫਿਰ ਤਿਕੋਣ ਫਿਰ ਸਟਾਰ ਆਜੂਗਾ ਮੈਂ ਤਾਂ ਤੁਸੀਂ ਆਪਣੇ ਆ ਬਣਾ ਲੈਣਾ ਮੇਰੇ ਕੋਲ मतलब ये पूरा हो गया अगर आ गया हस रहा फिर मुँह फैला के फिर हसया फिर मुँह फैला के फिर हसया फिर मुँह फैला के उत्ते फिर आए फिर नीचे न इस प्रकार तुम बना ल मतलब मतलब मोबाइल से बना इस करके मतलब फोटो तो साफ नहीं बनी बैठो अगर आ गया आ रहा है नमूने न नु देखा देखते दे हुए संख्या पूरी करो ਪਹਿਲਾ ਹੈਗਾ 41 42 43 44 ਜੁੜੋ 44 ਆ ਗਿਆ ਅੱਗੇ 45 46 47 ਉਰੇ 48 ਆ ਜੁਆ ਅੱਗੇ 49 ਤੇ ਅੱਗੇ 50 ਇਸ ਪ੍ਰਕਾਰ ਸੰਖਿਆਵਾਂ ਪੂਰੀਆਂ ਹੋ ਜਾਣਗੀਆਂ ਅਗਿਆ ਸੱਤਮਾ ਉੜਾ ਹੈਗਾ ਕਿਹੜੇ ਜੱਗ ਵਿੱਚ ਪਾਣੀ ਸਭ ਤੋਂ ਘੱਟ ਹੈ ਇਹਨੇ ਤੁਸੀਂ ਦੱਸਣਾ ਜੱਗ 'ਚ ਪਾਣੀ ਕਿਹਦੇ 'ਚ ਸਭ ਤੋਂ ਘੱਟ ਹੈ ਇਹਦਾ ਜਵਾਬ ਰਹੇਗਾ ਤੀਸਰਾ ਤੀਸਰੇ ਸਭ ਤੋਂ ਘੱਟ ਪਾਣੀ ਆ ਇਹ ਤੁਸੀਂ ਲਾ ਦਿਓ ਅਗਿਆੜਾ ਕਿਹੜੇ ਜੱਗ ਵਿੱਚ ਪਾਣੀ ਸਭ ਤੋਂ ਵੱਧ ਹੈ ਇਹਨਾਂ ਦੱਸਣਾ ਕਿਹੜੇ ਜੱਗ 'ਚ ਪਾਣੀ ਸਭ ਤੋਂ ਵੱਧ ਹੈ ਇਹ 'ਚ ਹੈਗਾ ਪਹਿਲੇ 'ਚ ਪਹਿਲੇ 'ਚ ਪਾਣੀ ਸਭ ਤੋਂ ਵੱਧਾ ਅੱਗੇ ਆਗੇ ਆੜਾ ਖਾਲੀ ਥਾਂ ਵਿੱਚ ਸਹੀ ਉੱਤਰ ਲਿਖੋ ਖਾਲੀ ਥਾਂ ਵਿੱਚ ਸਹੀ ਉੱਤਰ ਲਿਖਣਾ ਪਹਿਲਾ ਹਫਤੇ ਵਿੱਚ ਕਿੰਨੇ ਦਿਨ ਹੁੰਦੇ ਹਨ ਹਫਤੇ 'ਚ ਹੁੰਦੇ ਆ 7 ਦਿਨ ਹਫਤੇ ਵਿੱਚ ਕਿਹੜੇ ਦਿਨ ਛੁੱਟੀ ਹੁੰਦੀ ਹੈ ਐਂਟਬਰ 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 ਲਿਖ ਦਿਓ ਅੱਗੇ ਹਫਤੇ ਦਾ ਕੰਮਕਾਰ ਬਾਰ ਪਹਿਲਾ ਦਿਨ ਕਿਹੜਾ ਹੁੰਦਾ ਹੈ ਹਫਤੇ ਦਾ ਕੰਮਕਾਰ ਬਦ ਜਿੱਦ ਸਕੂਲ ਖੁੱਲਦੇ ਨੇ ਮਤਲਬ ਤੁਹਾਡੇ ਸਕੂਲ ਖੁੱਲਦੇ ਨੇ ਜਾਂ ਦਫਤਰ ਖੁੱਲਦੇ ਨੇ ਉਹ ਹੁੰਦਾ ਸੋਮਵਾਰ ਸੋਮਵਾਰ ਲਿਖ ਦਿਓ ਅੱਗੇ ਮੰਗਲਵਾਰ ਤੋਂ ਅਗਲਾ ਦਿਨ ਕਿਹੜਾ ਹੁੰਦਾ ਹੈ ਸੋਮਵਾਰ ਮੰਗਲਵਾਰ ਮੰਗਲਵਾਰ ਤੋਂ ਅਗਲਾ ਹੁੰਦਾ ਬੁੱਧਵਾਰ ਉਹਰੇ ਤੁਸੀਂ ਲਿਖ ਦਿਓ ਬੁੱਧਵਾਰ ਇਹਦਾ ਆਨਸਰ ਆ ਜਾਊਗਾ ਚਲੋ ਆਪਾਂ ਅਗਲਾ ਦੇਖਦੇ ਹਾਂ 8ਵਾਂ ਆ ਗਿਆ ਦੂਜੀ ਜਮਾਤ ਦੂਜੀ ਜਮਾਤ ਦੇ ਬੱਚੇ ਇਹ ਤਾਂ ਦਿਖਾਈ ਸੂਚੀ ਅਨੁਸਾਰ ਹੋ ਜਾਣਾ ਪਾਣੀ ਪਿੰਦੇ ਹਨ ਪਾਣੀ ਪਿੰਦੇ ਮਤਲਬ ਇਥੇ ਦੋ ਗਲਾਸ ਆ ਪਾਣੀ ਦੇ ਗਲਾਸਾਂ ਦੀ ਗਿਣਤੀ ਦੋ ਆ ਔਰ ਬੱਚੇ ਦੀ ਗਿਣਤੀ ਸੱਤ ਆ ਉਹਦੇ ਬਾਰੇ ਤੁਸੀਂ ਗਿਣਤੀ ਦੇਖ ਲੈਨੇ ਫਿਰ ਨੂੰ ਗ੍ਰਾਫ ਦੇਖਣਾ ਫੇਪਰੇਸ਼ਨ ਦੇ ਤੁਸੀਂ ਉੱਤਰ ਦੇਣਾ ਦੋ ਗਲਾਸ ਪਾਣੀ ਪੀਣ ਵਾਲੇ ਬੱਚੇ ਦੀ ਗਿਣਤੀ ਗਿਣਤੀ ਦਾਸ਼ ਹੈ ਦੋ ਗਲਾਸ ਆ ਸੀ ਆ ਦੋ ਗਲਾਸ ਸਾ ਪੀ ਹੋਏ ਨੇ ਮਤਲਬ ਦੋ ਗਲਾਸ ਪੀਂਦੇ ਨੇ ਉਹਨਾਂ ਬੱਚੇ ਦੀ ਗਿਣਤੀ ਕਿ 7 ਮਤਲਬ ਉਹ 7 ਲਿਖਿਆ ਤਾਂ ਆਪਾਂ ਇਹਦੇ ਵਿੱਚ ਲਿਖ ਦੇਵਾਂਗੇ 7 ਇਹਦਾ ਅੰਸਲਾ ਅਗਰ ਅਗਲਾ ਕੁਐਸਚਨ ਆ ਮਤਲਬ ਅਗਲਾ ਕੁਐਸਚਨ ਹੈਗਾ 10 ਗਲਾਸ ਪਾਣੀ ਪੀਣ ਵਾਲੇ ਬੱਚਿਆਂ ਦੀ ਗਿਣਤੀ ਅਤੇ ਦੋ ਗਲਾਸ ਪਾਣੀ ਪੀਣ ਦੇ ਬਾਰੇ ਬੱਚਿਆਂ ਦੀ ਗਿਣਤੀ ਤੋਂ ਡੈਸ਼ ਹੈ ਜਿਨੇ 10 ਗਲਾਸ ਪਾਣੀ ਪੀਂਦੇ ਨੇ ਤੇ ਦੋ ਗਲਾਸ ਪਾਣੀ ਪੀਣ ਵਾਲੇ ਬੱਚਿਆਂ ਦੀ ਗਿਣਤੀ ਘਟਾ ਕੇ ਬੰਦਾ ਆਪ ਦੇਖ ਲੈਣਾ ਮਤਲਬ x ਕਿੰਨੇ ਕੁਐਸਚਨ 10 ਗਲਾਸ ਪਾਣੀ ਪੀਣ ਵਾਲੇ ਬੱਚੇ ਦੀ ਗਿਣਤੀ दस गिलास पानी पीने वाले बच्चे की तो दो गिलास पानी पीने मतलब दस गिलास आप देख क्वेश्चन समझ नहीं लगे दस गिलास पानी पीने वाले बच्चे की गिनती दो गिलास पानी पीने वाले बच्चे तो डैश है मतलब तो अपन कितने भी मतलब आ देख लो दो गिलास ने उ एक दो तीन चार पे गिलास ने अगे चार गिलास ने ਅੱਗੇ ਕਿਨੇ ਪੰਜ ਗਲਾਸ ਨੇ ਮਤਲਬ ਇੰਨੇ ਚ ਕਿਸੇ ਵੀ ਆਪਣੇ ਕੋ 10 ਗਲਾਸ ਦਿੱਤੇ ਨਹੀਂ ਹੋਏ ਇਸ ਦਾ ਕਿਆ ਕੌਸ਼ਿਸ਼ ਹੈ ਤੁਸੀਂ ਮਤਲਬ ਮਤਲਬ ਸੰਖਿਆ ਦਿੱਤੀ ਨਹੀਂ ਹੈ ਕਿ ਮਤਲਬ 10 ਗਲਾਸ ਪਾਣੀ ਪੀਣ ਵਾਲੇ ਬੱਚੇ ਦੀ ਗਿਣਤੀ ਦੋ ਗਲਾਸ ਪਾਣੀ ਪੀਣ ਦੇ ਬਾਰੇ ਬੱਚੇ ਤੋਂ ਘੱਟ ਹੈ ਘੱਟ ਲਿਖ ਦਿਓ ਰੇ ਤੁਹਾਡਾ ਆਨਸਰ ਸਹੀ ਬਗਜੂਗਾ ਅੱਗੇ ਕਿ ਤੀਸਰਾ ਜਮਾਤ ਵਿੱਚ ਸਭ ਤੋਂ ਘੱਟ ਪਾਣੀ ਕਿੰਨੇ ਬੱਚੇ ਪਿੰਦੇ ਹਨ ਸਭ ਤੋਂ ਘੱਟ ਮਤਲਬ ਦੋ ਗਲਾਸ ਪਿੰਦੇ ਨੇ ਸੱਤ ਬੱਚੇ ਪਿੰਦੇ ਨੇ ਸੱਤ ਬੱਚੇ ਸਭ ਤੋਂ ਘੱਟ ਪਾਣੀ ਪਿੰਦੇ ਨੇ ਇਹ ਤੁਸੀਂ ਲਿਖ ਦਿਓ ਅਗਗੇ ਨੋਮਾ ਸੰਖਿਆਵਾਂ ਵਿੱਚੋਂ 999 ਤੱਕ ਕੋਈ ਸੰਖਿਆ ਬੋਲੋ ਸੰਖਿਆ ਵਿੱਚ ਲਿਖੋ 999 ਤੱਕ ਕੋਈ ਅੱਠ ਸੰਖਿਆ ਵਿੱਚ ਬੋਲੋ ਇਹ ਤੁਸੀਂ ਮਤਲਬ ਆਪਣੇ ਆਪ ਹੀ ਕਰ ਲੈਣਾ ਸੰਖਿਆ ਵਿੱਚ ਲਿਖਨੀ ਹੈ ਤੁਸੀਂ ਮਤਲਬ 999 ਤੱਕ ਕੋਈ ਅੱਠ ਸੰਖਿਆ ਵਿੱਚ ਬੋਲੋ ਮਤਲਬ ਬੋਲ ਕੇ ਲਿਖਨੀ ਹੈ ਮਤਲਬ ਤੁਸੀਂ ਆਪਣੇ ਕੋਈ ਮੈਂ ਤੁਹਾਨੂੰ ਲਿਖਾ ਦੇਣਾ ਮਤਲਬ ਤੁਸੀਂ ਪਹਿਲਾਂ ਲਿਖਣਾ ਕੋਈ ਵੀ ਸੰਖਿਆ ਲਿਖ ਦਿਓ ਤੁਸੀਂ ਮਤਲਬ ਜਿਵੇਂ 901 902 903 904 905 906 907 ਤੇ 908 ਕੋਈ ਵੀ ਸੰਖਿਆ ਨੂੰ ਤੁਸੀਂ ਆਪ ਦੇਖੋ ਲਿਖ ਸਕਦੇ ਹੋ ਅੱਗੇ ਕੇ ਸੁੰਦਰ ਲਿਖਾਈ ਦੇ ਪੰਜ ਅੰਕ ਹੋਣਗੇ ਇਸ ਕਰਕੇ ਤੁਸੀਂ ਸੁੰਦਰ ਲਿਖਾਈ ਕਰਕੇ ਹੋਣੀ ਹੈ ਇਹ ਵੀ ਪਤੋਹਾ ਦਾ ਇੱਥੇ ਸੰਭਵਤ ਹੁੰਦਾ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਲਾਈਕ ਕਰ ਦਿਓ ਤੇ ਹੋ ਸਕੇ ਤਾਂ ਵੀਡੀਓ ਸ਼ੇਅਰ ਵੀ ਜਰੂਰ ਕਰ ਦੇਣਾ ਤੇ ਟੈਲੀਗ੍ਰam ਚੈਨਲ ਬਣਿਆ ਹੋਇਆ ਆਪਣਾ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਤੁਸੀਂ ਉੱਤੇ ਕਲਿੱਕ ਕਰਕੇ ਜੁਆਇਨ ਕਰ ਲੈਣਾ ਉੱਥੇ ਤੁਹਾਨੂੰ ਪੀਡੀਐਫ ਮਿਲ ਜੂਗੀ ਆ ਪੀਪਲ ਦੀ